ਦੇ ਤਰੀਕੇ ਦੇ ਨਾਲ ਹੀ ਆਪਾਂ ਪੜ੍ਹ ਸਕਦੇ ਹਾਂ। ਔਰ ਬਾਈਬਲ ਸੀਗਾ ਡੈਨੀਅਲ ਕੀ ਕਰ ਰਿਹਾ, ਡੈਨੀਅਲ ਜਦ ਪ੍ਰੇਅਰ ਕਰ ਰਿਹਾ ਉਸੇ ਵਕਤ ਉਹਨੇ ਨਾਨਕੀ ਕਿਹਾ ਕਿ ਉੱਥੇ ਫੜ ਲਿਆ ਕਿ ਰਾਜਾ ਬੰਦਾ ਫੜਿਆ ਗਿਆ ਵਾ, ਇਹ ਆਪਣੇ ਪਰਮੇਸ਼ਵਰ ਦਾ ਨਾਮ ਕੀ ਕਰ ਰਿਹਾ। ਪਰ ਰਾਜਾ ਮਜਬੂਰ ਸੀ ਕਿਉਂਕਿ ਰਾਜੇ ਦੇ ਪਹਿਲੋਂ ਹੱਥ ਕੱਟਦੇ ਸੀ, ਉਹਨਾਂ ਮੋਹਰ ਲਵਾ ਲਈ ਸੀ, ਉਹਦੇ ਕੋਲ ਡਾਕੂਮੈਂਟ ਸਭ ਕੁਝ ਉਹਨਾਂ ਦੇ ਕੋਲ ਸੀ। ਹੁਣ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਡੈਨੀਅਲ ਨੂੰ ਸ਼ੇਰਾਂ ਦੇ ਕੋਰਨੇ ਵਿੱਚ ਸੁੱਟਿਆ ਗਿਆ, ਉਸ ਤੋਂ ਬਾਅਦ ਇੱਥੇ ਕੀ ਸਿੱਖਣ ਲਈ ਮਿਲਿਆ ਕਿ ਕੋਈ ਵੀ ਤੁਹਾਡੇ ਖਿਲਾਫ ਹੋਵੇ ਪਰ ਜੇ ਪਰਮੇਸ਼ਵਰ ਤੁਹਾਡੇ ਨਾਲ ਆ ਤਾਂ ਜਿੱਦਾਂ ਲਿਖਾ ਦੀ ਇੱਜ਼ਤ ਰਖੇਲ ਦੇ ਅੱਗੇ ਵਧਾਈ ਸੀ, ਉਸੇ ਤਰ੍ਹਾਂ ਉਹ 120 ਬੰਦਿਆਂ ਦੇ ਵਿੱਚੋਂ ਡੈਨੀਅਲ ਨੂੰ ਵੀ ਪ੍ਰਭੂ ਨੇ ਇੱਜ਼ਤ ਵਾਲਾ ਠਹਿਰਾਇਆ ਕਿ ਨਹੀਂ। ਉਸ ਤੋਂ ਬਾਅਦ ਦੱਸਿਆ ਕਿ ਰਾਜੇ ਨੇ ਕੀ ਕੀਤਾ, ਰਾਤ ਉਹਨੇ ਵਰਤ ਰੱਖਿਆ, ਉਹਨੇ ਅੱਛਾ ਖਾਣਾ ਨਹੀਂ ਖਾਧਾ, ਪੂਰੀ ਰਾਤ ਨਾਈਟ ਪ੍ਰੇਅਰ ਕੀਤੀ। ਔਰ ਦੱਸਿਆ ਕਿ ਸਵੇਰ ਜਦੋਂ ਉੱਠਿਆ ਉਹਨੇ ਜਾ ਕੇ, ਜਦੋਂ ਦੱਸਿਆ ਕਿ ਜਦੋਂ ਗਿਆ ਵਾ ਉਹਨੇ ਜਾ ਕੇ ਸੁਣ ਤੇ ਕੀ ਬੋਲਿਆ ਕਿ ਡੈਨੀਅਲ ਤੇਰਾ ਪਰਮੇਸ਼ਵਰ ਜਿਹਦੀ ਤੂੰ ਬਸ ਤੂੰ ਜੂਨ ਹੈ, ਉਹਨੇ ਅੰਦਰੋਂ ਕੀ ਆਵਾਜ਼ ਦਿੱਤੀ, ਇਹਦੀ ਅਗਲੀ ਆਇਤ ਆਪਾਂ ਪੜਾਂਗੇ, ਅਗਲੀ ਆਇਤ ਪੜਾਂਗੇ। ਹਾਂ ਤਾਂ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਕੁਰੇ ਵੱਲ ਗਿਆ। ਕਿੱਦਾਂ ਉੱਠਿਆ? ਸਵਖਤ ਉੱਠਿਆ, ਉਹਨੇ ਹੋਰ ਕੋਈ ਕੰਮ ਨਹੀਂ ਕੀਤਾ, ਸਿੱਧਾ ਜਾ ਕੇ ਵੇਖਿਆ ਕਿਉਂਕਿ ਉਹਨੇ ਰਾਤ ਫਾਈਟ ਕੀਤੀ ਸੀ ਰਾਜੇ ਨੇ। ਜੇ ਤੁਸੀਂ ਫਾਈਟ ਕਰਦੇ ਕੰਮ ਨੂੰ ਫੜ ਕੇ ਤੇ ਮੈਂ ਕਿਹਾ ਤੁਸੀਂ ਬਲੈਸ ਹੋ ਗਏ। ਜਗ੍ਹਾ ਤੇ ਇੱਕ ਬ੍ਰਦਰ ਆ, ਉਹ ਕਹਿ ਰਿਹਾ ਮੈਂ ਕੱਲ ਮੇਰੀ ਇੰਟਰਵਿਊ, ਮੈਂ ਇੰਟਰਵਿਊ ਤੇ ਜਾ ਰਿਹਾ ਔਰ ਉਹ ਜਿਹੜੀ ਡਬਈ ਵਾਲੀ ਸਾਈਡ ਹੈ ਉੱਧਰ ਬਹੁਤ ਜ਼ਿਆਦਾ ਜਿਹੜਾ 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 ਟੈਸਟ ਜਿਹੜਾ ਮੈਡੀਕਲ ਬਹੁਤ ਬਲ ਸਖਤ ਆ। ਮੈਂ ਕਿਹਾ ਤੂੰ ਰੋਜ਼ਾ ਰੱਖ, ਰਾਤ ਦੀ ਮਿੰਟ ਪ੍ਰੇਅਰ ਕਰ ਪ੍ਰਭੂ ਉਸ ਕੰਮ ਹੋਣ ਵਾਸਤੇ ਕੀ ਆ। ਰਾਜੇ ਨੇ ਫਾਈਟ ਕੀਤੀ, ਵਰਤ ਰੱਖਿਆ ਤੇ ਡੈਨੀਅਲ ਨੂੰ ਬਚਾ ਲਿਆ। ਤੁਸੀਂ ਨਹੀਂ ਬਚਾ ਸਕਦੇ ਕਿੰਨੇ ਲੋਕ ਇਸ ਜਗ੍ਹਾ ਤੇ ਜੀ। ਪਤਰਸ ਜੇਲ ਦੇ ਵਿੱਚ ਆ ਤੇ ਪੂਰੀ ਕਲੀਸਿਯਾ ਦੇ ਵਾਸਤੇ ਪ੍ਰੇਅਰ ਕਰ ਰਹੀ ਆ, ਬਚਿਆ ਕਿ ਨਹੀਂ ਬਚਿਆ? ਬਚਿਆ। ਤੁਸੀਂ ਕਿਉਂ ਨਹੀਂ ਬਚਾ ਸਕਦੇ? ਡੈਨੀਅਲ ਦੇ ਵਾਸਤੇ ਰਾਜੇ ਨੇ ਪ੍ਰੇਅਰ ਕੀਤੀ ਹੋਵੇ, ਰਾਜਾ ਤੇ ਪ੍ਰੇਅਰ ਕਿਹਦੇ ਲਈ ਕਰ ਰਿਹਾ ਹੋਵੇ? ਡੈਨੀਅਲ ਦੇ ਲਈ, ਦਾਰਾ ਪਾਤਸ਼ਾਹ ਦਾ ਨਾਮ ਸੀ। ਹਾਂ ਜਦ ਮੂੰਹ ਹਨੇਰੇ ਉੱਠਿਆ, ਹਾਂ ਅੱਗੇ, ਅਤੇ ਜਦੋਂ ਕੁਰੇ ਉੱਠ ਡੈਨੀਅਲ ਕੋਲ ਜਾ ਪੁੱਜਾ, ਹਾਂ ਤਾਂ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ। ਦੱਸਿਆ ਕਿ ਰਾਜੇ ਨੇ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ ਵੀ ਹੋ ਸਕੇ ਸ਼ੇਰ ਖਾ ਗਏ ਹੋਣ। ਆਮੀਨ। ਹਾਂ ਰਾਜੇ ਨੇ ਡੈਨੀਅਲ ਨੂੰ ਆਖਿਆ, ਹਾਂਜੀ ਹੇ ਡੈਨੀਅਲ, ਹਾਂ ਜਿਉਂਦੇ ਪਰਮੇਸ਼ਰ ਦੇ ਉਪਾਸਕ, ਹਾਂ ਕੀ ਤੇਰਾ ਪਰਮੇਸ਼ਰ ਜੇ ਦੀ ਉਪਾਸਨਾ ਤੂੰ ਸਦਾ ਕਰਦਾ ਹੈ ਤੈਨੂੰ ਸ਼ੇਰਾਂ ਤੋਂ ਛਡਾਉਣ ਯੋਗ ਹੋਇਆ? ਤਦ ਡੈਨੀਅਲ ਨੇ ਰਾਜਨ ਨੂੰ ਆਖਿਆ, ਹੇ ਰਾਜਨ ਜੁਗੋ ਜੁਗ ਜੀ, ਹਾਂ ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ, ਹਾਂਜੀ ਇੱਥੋਂ ਦੀ ਕਿ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ, ਇਸ ਕਰਕੇ ਜੋ ਉਸ ਨੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਨ ਮੈਂ ਦੋਸ਼ ਨਹੀਂ ਕੀਤਾ। ਤਾਰੀਫ ਕਰੋ ਪ੍ਰਭੂ ਦੀ। ਅੱਜ ਕੋਈ ਵੀ ਬੰਦਾ ਤੁਹਾਡੇ ਖਿਲਾਫ ਆ, ਜੇ ਤੁਸੀਂ ਪ੍ਰਭੂ ਦੇ ਨਾਲ ਸਹੀ ਜੇ, ਤੁਸੀਂ ਉਸ ਬੰਦੇ ਦੀ ਨਿਗਾਹ ਵਿੱਚ ਵੀ ਦੋਸ਼ੀ ਠਹਿਰੋਗੇ, ਨਿਰਦੋਸ਼ ਠਹਿਰੋਗੇ, ਤੇ ਪ੍ਰਭੂ ਦੀ ਨਿਗਾਹ ਵਿੱਚ ਵੀ ਕੀ ਹੋਗੇ? ਕੋਈ ਵੀ ਬੰਦਾ ਤੁਹਾਡੀ ਮਿਨਿਸਟਰੀ ਦੇ ਖਿਲਾਫ ਆ, ਤੁਹਾਨੂੰ ਕੁਛ ਵੀ ਕਰਦਾ, ਟੈਨਸ਼ਨ ਨਹੀਂ ਲੈਣੀ, ਪ੍ਰੇਅਰ 'ਚ ਜਾਓ, ਕਿਉਂਕਿ ਜਿੰਨਾ ਚਿਰ ਸਾਨੂੰ ਦੁੱਖ ਨਹੀਂ ਆਉਣਗੇ ਸਟਰੋਂਗ ਨਹੀਂ ਬਣ ਸਕਦੇ, ਦੁੱਖ ਸਾਨੂੰ ਬਣਾਉਣ ਵਾਸਤੇ ਆ। ਪ੍ਰੋਬਲਮ ਬੜੀ ਹੁੰਦੀ ਜਦੋਂ ਸੁਣੀਦਾ ਵਾ, ਪਰ ਫਿਰ ਕਹੀਦਾ ਪਰਮੇਸ਼ਵਰ ਤੁਹਾਡੀ ਮਰਜ਼ੀ ਕੀ ਹੋਵੇ। ਕਿਉਂਕਿ ਵੇਖੋ ਡੈਨੀਅਲ ਦੇ ਖਿਲਾਫ ਕਿੰਨੇ ਬੰਦੇ ਸੀ, ਪਰ ਡੈਨੀਅਲ ਦੀ ਮਦਦ ਕਿਹਨੇ ਕੀਤੀ ਆ? ਜਿਹੜੇ ਬੰਦੇ ਕੋਲ ਸਾਈਨ ਕਰਾਏ ਉਸੇ ਬੰਦੇ ਨੇ ਫਿਰ ਉਹਦੇ ਲਈ ਵਰਤ ਰੱਖਿਆ, ਤੁਹਾਨੂੰ ਬਾਇਜ਼ਤ ਬਲੀ ਵੀ ਕੀਤਾ, ਤੇ ਜਿਹੜੇ ਦੂਸਰੇ ਬੰਦੇ ਫਿਰ ਉਹਨਾਂ ਦਾ ਕੀ ਬਣਿਆ? ਜਿਨ੍ਹਾਂ ਨੇ ਉਹਨੂੰ ਉਡਾਇਆ ਸੀ। ਤੇ ਸੁਣੋ ਧਿਆਨ ਨਾਲ, ਅੱਜ ਤੁਹਾਡੇ ਤੇ ਗਲਤ ਮੁਕੱਦਮਾ ਪੈ ਜਾਂਦਾ, ਤੁਹਾਡੇ ਤੇ ਕੋਈ ਦੋਸ਼ ਲੱਗ ਜਾਂਦਾ, ਤੁਹਾਡੀ ਪ੍ਰੋਬਲਮ ਕੋਈ ਹੋ ਜਾਂਦੀ ਆ, ਤੁਸੀਂ ਕਦੇ ਨਹੀਂ ਡਰਦਾ, ਤੁਸੀਂ ਕੀ ਕਹਿਣਾ ਕਿ ਪਿਤਾ ਜਿਸ ਤਰ੍ਹਾਂ ਡੈਨੀਅਲ ਨੂੰ ਤੁਸੀਂ ਬਾਇਜ਼ਤ ਬਲੀ ਕੀਤਾ, ਮੈਂ ਮਿਡ ਪ੍ਰੇਅਰ ਕਰਾਂਗਾ, ਨਾਈਟ ਪ੍ਰੇਅਰ 'ਚ ਜਾਵਾਂਗਾ, ਅੱਜ ਦਾ ਭੇਤ ਦਾ ਪਤਾ ਲੱਗ ਰਿਹਾ, ਭੇਤ ਕੀ ਆ? ਤੁਹਾਡੇ ਤੇ ਕੋਈ ਵੀ ਮੁਸੀਬਤ ਆਉਂਦੀ ਤੁਹਾਨੂੰ ਰਾਤ ਦਾ ਰੋਜ਼ਾ ਤੇ ਪ੍ਰੇਅਰ ਕਰਨ ਦੀ ਕੀ ਆ, ਕੀ ਕਰਨ ਦੀ ਲੋੜ ਆ? ਔਰ ਬਾਈਬਲ ਦੇ ਵਿੱਚ ਲਿਖਿਆ ਜਦੋਂ ਡੈਨੀਅਲ ਬਾਇਜ਼ਤ ਬਲੀ ਹੋ ਗਿਆ, ਉਹਨੇ ਕੀ ਬੋਲਿਆ ਕਿ ਰਾਜਾ ਮੈਂ ਪ੍ਰਭੂ ਦੇ ਅੱਗੇ ਵੀ ਕੋਈ ਗਲਤੀ ਨਹੀਂ ਕੀਤੀ ਤੇ ਮੈਂ ਦੇ ਵਿੱਚ ਵੀ ਕੀ ਆ? ਨਿਰਦੋਸ਼। ਨਿਰਦੋਸ਼ ਦਾ ਪਤਾ ਕਿ ਬਾਇਜ਼ਤ ਬਲੀ ਕਰਦਾ ਖੁਦਾ ਨੇ, ਤੇ ਜਿਹੜੇ ਉਹਨੂੰ ਉਡਾਉਣ ਵਾਲੇ ਸੀ ਝੂਠੇ ਸਾਈਨ ਕੀਤੇ, ਝੂਠ ਬੋਲਿਆ, ਅੱਜ ਮੇਰੀ ਮਿਨਿਸਟਰੀ ਦੇ ਖਿਲਾਫ ਕੀ ਕੁਛ ਹੋ ਰਿਹਾ? ਪਰ ਮੈਂ ਕਿਹਾ ਪਰਮੇਸ਼ਵਰ ਤੁਹਾਡੇ ਵਚਨ 'ਚ ਲਿਖਿਆ ਜਿਹੜੇ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕੀ ਆ? ਕੀ ਕਰੋ? ਜਿਹੜੇ ਤੁਹਾਡੇ ਦੁਸ਼ਮਣ ਉਹਨਾਂ ਨੂੰ ਮਾਫ਼ ਕਰੋ, ਜਿਹੜੇ ਤੁਹਾਨੂੰ ਸਤਾਉਣ ਉਹਨਾਂ ਲਈ ਕੀ ਕਰੋ? ਤਾਰੀਫ ਕਰੋ ਪਰਮੇਸ਼ਵਰ ਦੀ। ਆਮੀਨ। ਜੋ ਮਰਜ਼ੀ ਹੋ ਜਾਏ, ਜਿਹੜੇ ਵੀ ਖੁਦਾ ਦੇ ਜਿੰਨੇ ਸੇਵਕ ਆ ਉਹਨਾਂ ਨੂੰ ਜਬਰੀਆਂ ਝੱਲਣੀਆਂ ਪੈਂਦੀਆਂ, ਪ੍ਰੋਬਲਮ ਆਉਂਦੀ ਆ, ਪ੍ਰੋਬਲਮ ਮਿਨਿਸਟਰੀ ਵਿੱਚ ਆਉਂਦੀ ਆ, ਦੁੱਖ ਆਉਂਦੇ, ਤਕਲੀਫਾਂ ਆਉਂਦੀਆਂ, ਕਿਉਂ? ਕਿਉਂਕਿ ਸਾਨੂੰ ਵਧਾਉਣ ਵਾਸਤੇ ਹੁੰਦੇ ਆ, ਸਾਨੂੰ ਜ਼ਿਆਦਾ ਸਮਾਂ ਬਾਈਬਲ ਪੜ੍ਹਨ ਦਾ ਮਿਲਦਾ, ਜ਼ਿਆਦਾ ਸਮਾਂ ਪ੍ਰੇਅਰ ਦਾ ਮਿਲਦਾ, ਕਿਉਂ? ਕਿਉਂਕਿ ਵਧਾਉਣ ਲਈ ਆ। ਡੈਨੀਅਲ ਕਿੱਦਾਂ ਬਲੈਸ ਹੋਇਆ?
ਡੈਨੀਅਲ ਦੇ ਬੰਦੇ ਖਿਲਾਫ ਸੀ ਪਰ ਪਰਮੇਸ਼ਵਰ ਨੇ ਉਹਨਾਂ ਦੀ ਨਿਗਾਹ ਵਿੱਚ ਉਹਨੂੰ ਬਾਇਜ਼ਤ ਬਲੀ ਗਿਆ। ਅੱਜ ਤੁਹਾਡੇ ਗਵਾਂਢੀ ਤੁਹਾਡੇ ਖਿਲਾਫ ਹੋਣਗੇ, ਤੁਹਾਡੇ ਤੇ ਮੁਕੱਦਮੇ ਚੱਲਦੇ ਹੋਣਗੇ, ਉਲਟ ਮੁਕੱਦਮੇ ਹੋਣਗੇ। ਜਦੋਂ ਤੁਸੀਂ ਰੋਜ਼ਾ ਰੱਖ ਕੇ ਪ੍ਰੇਅਰ ਕਰੋਗੇ ਪ੍ਰਭੂ ਆਪਣੀ ਨਿਗਾਹ ਵਿੱਚ ਤੇ ਦੂਸਰੇ ਹਾਕਮ ਦੀ ਨਿਗਾਹ 'ਚ ਤੁਹਾਨੂੰ ਬਾਇਜ਼ਤ ਬਲੀ ਗਿਆ। ਕਿੰਨੇ ਲੋਕ ਸੁਣਿਆ, ਤਾਰੀਫ ਕਰੋ ਪ੍ਰਭੂ ਦੀ। ਕੋਈ ਵੀ ਤੁਹਾਡੀ ਖਿਲਾਫਤ ਕਰੇ ਡਰਨ ਦੀ ਲੋੜ ਨਹੀਂ, ਪਰਮੇਸ਼ਵਰ ਸਾਡੇ ਨਾਲ ਆ। ਉਹ ਡੈਨੀਅਲ ਦਾ ਪਰਮੇਸ਼ਵਰ ਆ, ਉਹ ਤੁਹਾਡਾ ਪਰਮੇਸ਼ਵਰ ਆ, ਉਹ ਮੇਰਾ ਪਰਮੇਸ਼ਵਰ ਆ। ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਪਰਮੇਸ਼ਵਰ ਸਾਨੂੰ ਬਚਾ ਰਿਹਾ ਵਾ। ਆਮੀਨ। ਉਸ ਤੋਂ ਗਾੜੀ ਦੱਸਿਆ ਕਿ ਜਿਹੜੇ ਜਿਹਨਾਂ ਪਲਾਨ ਬਣਾਈ ਸੀ ਉਹਨਾਂ ਦਾ ਕੀ ਬਣਿਆ। ਬਾਈਬਲ ਦੇ ਵਿੱਚ ਲਿਖਿਆ ਉਹਨਾਂ ਸਾਰਿਆਂ ਨੂੰ ਪ੍ਰਭੂ ਦੇ ਦਾਸ ਨੇ ਕੀ ਆਖਿਆ ਕਿ ਡੈਨੀਅਲ ਨੂੰ ਜੇਲ੍ਹ ਚੋਂ ਬਾਹਰ ਕੱਢ ਦਿਓ। ਹੁਣ ਉਹਨਾਂ ਸਾਰਿਆਂ ਨੂੰ ਲੈ ਕੇ ਉਹਨਾਂ ਦੇ ਬੱਚੇ, ਉਹਨਾਂ ਦੀ ਜਨਾਨੀਆਂ, ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਕਿ ਜਦੋਂ ਉਹਨਾਂ ਨੂੰ ਸ਼ੇਰਾਂ ਦੇ ਘੋਰਨੇ ਵਿੱਚ ਸੁੱਟਿਆ ਗਿਆ, ਉਸੇ ਵਕਤ ਦੱਸਿਆ ਕਿ ਉਹਨਾਂ ਦੇ ਥੱਲੇ ਆਉਂਦਿਆਂ ਸਾਰਿਆਂ ਦੀਆਂ ਹੱਡੀਆਂ ਤੋੜਦੀ ਤੇ ਹੱਡੀਆਂ ਚੱਪ ਕੇ ਸ਼ੇਰ ਉਸੇ ਵੇਲੇ। ਕਿਉਂ? ਕਿਉਂਕਿ ਡੈਨੀਅਲ ਨੂੰ ਸ਼ੇਰਾਂ ਨੇ ਮੂੰਹ ਲਿਆ, ਕਿਉਂਕਿ ਪ੍ਰਭੂ ਦੇ ਦੂਤਾਂ ਨੇ ਫੜ ਕੇ ਉਹਨਾਂ ਦੇ ਮੂੰਹਾਂ ਨੂੰ ਬੰਦ ਕੀ ਕਰ ਦਿੱਤਾ ਸੀ। 18:18 ਵਿੱਚ ਜਿੱਦਾਂ ਤੁਸੀਂ ਲੌਕ ਕਰਦੇ ਸੀ, ਇਸੇ ਤਰ੍ਹਾਂ ਪ੍ਰਭੂ ਨੇ ਦੂਤਾਂ ਦੇ ਮੂੰਹਾਂ ਨੂੰ ਲੌਕ ਕੀ ਕਰਦੇ ਸੀ। ਉਹ ਦੂਤ ਜਦੋਂ ਦੱਸਿਆ ਕਿ ਜਦੋਂ ਉਹ ਥੱਲੇ ਡਿੱਗੇ ਆ, ਜਨਾਨੀਆਂ ਬੱਚੇ ਸਾਰੇ, ਉਹਨਾਂ ਆਉਂਦਿਆਂ ਸਾਰੇ ਉਹਨਾਂ ਦੀ ਹੱਡੀਆਂ ਤੋੜਦੀਆਂ ਤੇ ਉਹਨਾਂ ਨੂੰ ਮਾਰ ਕੀ ਆ। ਕਿਉਂ? ਕਿਉਂਕਿ ਉਹਨਾਂ ਪਰਮੇਸ਼ਵਰ ਦੇ ਦਾਸ ਦੇ ਉੱਤੇ ਇਲਜ਼ਾਮ ਕੀ ਕੀਤੇ ਸੀ। ਜੇ ਮੈਂ ਕਿਹਾ ਤੇ ਪਰਮੇਸ਼ਵਰ ਤੁਹਾਡੇ ਨਾਲ ਆ, ਕੋਈ ਤੁਹਾਨੂੰ ਕੁਛ ਵੀ ਬੋਲੇ ਤੁਹਾਨੂੰ ਡਰਨ ਦੀ ਲੋੜ ਨਹੀਂ, ਖੁਦਾ ਤੁਹਾਨੂੰ ਬਾਇਜ਼ਤ ਬਲੀ ਕਰੇਗਾ, ਤੁਹਾਡੀ ਉਹਦੇ ਅੱਗੇ ਵੀ ਜਿੱਤ ਪੜੇਗੀ, ਤੇ ਪਰਮੇਸ਼ਵਰ ਅੱਗੇ ਤਾਂ ਤੁਹਾਡੀ ਜਿੱਤ ਹੈ ਹੀ। ਜਿਹਨੇ ਲੋਕ ਸੁਣਦੇ ਜੀ, ਤਾਰੀਫ ਕਰੋ ਪ੍ਰਭੂ ਦੀ। ਮੈਨੂੰ ਡਰ ਨਹੀਂ ਆ, ਜੋ ਰਿਹਾ ਕੋਈ ਗੱਲ ਨਹੀਂ। ਆਮੀਨ। ਪ੍ਰਭੂ ਦੀ ਦਾਸੀ ਕਹਿੰਦੇ ਪ੍ਰੋਬਲਮ ਕਰਦੀ, ਮੈਂ ਟੈਨਸ਼ਨ ਨਾ ਲੈ ਜੋ ਹੋ ਰਿਹਾ ਹੋਣ ਦੇ ਰਾ, ਕਿਉਂਕਿ ਪਰਮੇਸ਼ਵਰ ਅੱਗ ਵਿੱਚ ਪਾ ਕੇ ਸਾਡੀ ਪਰਖ ਕੀ ਆ। ਅੱਗ ਵਿੱਚ ਪਾ ਕੇ ਉਹ ਲਿਹਾ ਦਾ ਵਚਨ ਤਾਂ ਸੁਣਿਆ ਨਾ ਕਿ ਅੱਜ ਜਿਹੜਾ ਵੀ ਤੁਹਾਨੂੰ ਪਿਆਰਾ ਲੱਗੂ, ਮੰਨ ਲਾ ਭੈਣ ਹਰਿੰਦਰਾ ਮੈਂ ਕਹੂੰ ਇਹ ਮੇਰੇ ਨਾਲ ਬੜਾ ਪਿਆਰ ਕਰਦੀ ਯਾਰ, ਇਹ ਬੜੀ ਵਫਾਦਾਰ ਆ। ਪ੍ਰਭੂ ਕਹੇਗਾ ਠੀਕ, ਵਫਾਦਾਰ ਆ, ਚੱਲੀ ਫਿਰੇ ਉਹ ਗਈ। ਦੂਸਰਾ, ਇਹ ਬੜਾ ਮੈਂ ਪਿਆਰ ਕਰਦਾ। ਮੈਂ ਇਸ ਸਮਝ ਗਿਆ ਕਿ ਸਾਨੂੰ ਜ਼ਿਆਦਾ ਵੀ ਕਿਸੇ ਨਾਲ ਪਿਆਰ ਕਰਨ ਦੀ ਲੋੜ, ਜਿੰਨਾ ਜ਼ਿਆਦਾ ਕਰੋਗੇ ਸਮਝ ਲਓ ਉਹ ਬੰਦਾ ਪ੍ਰਭੂ ਦੇ ਅੱਗੇ ਘਿਣਾਉਣਾ ਸਾਬਤ ਹੋਏਗਾ। ਤੇ ਜਿੰਦੋ ਤੋਂ ਤੁਸੀਂ ਨਫ਼ਰਤ ਕਰਦੇ ਜੇ, ਇੱਕ ਦਿਨ ਉਹੀ ਬੰਦਾ ਤੁਹਾਡੇ ਨਾਲ ਪਿਆਰ ਕਰੇ, ਤੁਹਾਡੇ ਨਾਲ ਮਿਲ ਕੇ ਮਿਨਿਸਟਰੀ ਵਿੱਚ ਤੁਹਾਡੀ ਹੈਲਪ ਕੀ ਆ। ਤਾਰੀਫ ਕਰੋ ਪ੍ਰਭੂ ਦੀ। ਜਿਹਨੂੰ ਜ਼ਿਆਦਾ ਪਿਆਰ ਕਰੋਗੇ ਭੱਜ ਜਾਏਗਾ, ਭੁੜਕ ਜਾਏਗਾ, ਕਿਉਂਕਿ ਬਾਈਬਲ ਗਵਾਹ ਅੱਛੀ ਦੀ। ਪਤਰਸ ਨੇ ਕੀ ਬੋਲਿਆ ਜੀ? ਪ੍ਰਭੂ ਮੈਂ ਤੇਰੇ ਵਾਸਤੇ ਆਪਣੀ ਜਾਨ ਕੀ ਕਰਾਂਗਾ? ਪ੍ਰਭੂ ਨੇ ਕੀ ਬੋਲਿਆ? ਤੂੰ ਜਾਨ ਨਹੀਂ ਦੇਗਾ, ਹੁਣ ਤੂੰ ਇਨਕਾਰ ਮੇਰਾ ਜ਼ਰੂਰ ਕੀਆ? ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ ਨਾ, ਸਭ ਤੋਂ ਜ਼ਿਆਦਾ ਦਾਅਵੇ ਕਰਦਾ ਸੀ ਨਾ, ਮੈਂ ਤੇਰੇ ਨਾਲ ਹੀ ਰਵਾਂਗਾ। ਅੱਜ ਕਿਹੜੇ ਲੋਕ ਕਹਿੰਦੇ ਨਹੀਂ ਪਾਸਟਰ ਜੀ, ਹੁਣ ਅਸੀਂ ਤੁਹਾਨੂੰ ਛੱਡਣਾ ਨਹੀਂ। ਮੈਂ ਕਿਹਾ ਚੱਲੀ ਹੋ ਤੂੰ ਬਸ, ਹੁਣ ਤਿਆਰੀ ਕਰ। ਮੈਂ ਗੱਡੀ ਦੀ ਟਿਕਟ ਲੈ ਲਿਓ, ਟਿਕਟ ਹੈਗੀ ਕੋਲ? ਛੇਤੀ ਛੇਤੀ ਟੈਂਪੂ ਦੀ ਟਿਕਟ ਫੜ, ਤੂੰ ਚੱਲੀ। ਕਿਉਂਕਿ ਵੇਖੋ ਹਰ ਬੰਦਾ ਇੱਥੇ ਆਣ ਕੇ ਕੀ ਆਵਾਜ਼ ਬੋਲੋ ਕਿ ਪਿਤਾ ਮੈਂ ਕੁਛ ਨਹੀਂ ਕਰ ਸਕਦਾ, ਤੁਹਾਡਾ ਅਨੁਗ੍ਰਹਿ ਮੈਨੂੰ ਚਲਾ ਕੇ ਆ, ਮੈਂ ਕੁਛ ਨਹੀਂ ਕਰ ਸਕਦਾ ਪਿਤਾ, ਮੈਂ ਕੁਛ ਵੀ ਨਹੀਂ ਆ। ਜੇ ਪਤਰਸ ਬੋਲਦਾ ਕਿ ਪ੍ਰਭੂ ਮੈਂ ਤੇਰੇ ਅਨੁਗ੍ਰਹਿ ਦੁਆਰਾ ਤੇਰੇ ਨਾਲ ਚੱਲਾਂਗਾ, ਤੇ ਫਿਰ ਮੈਂ ਹੋ ਸਕਿਆ ਚੱਲ ਸਕਦਾ ਜੀ। ਉਹਨੇ ਕੀ ਬੋਲਿਆ? ਪ੍ਰਭੂ ਮੈਂ ਤੇਰੇ ਵਾਸਤੇ ਕੀ ਕਰਾਂਗਾ? ਦਿੱਤੀ ਜਾਣ। ਪ੍ਰਭੂ ਨੇ ਕਿਹਾ ਮੁਰਗੀ ਵਾਂਗ ਦੇ ਕੇ ਤੂੰ ਮੇਰਾ 3 ਵਾਰ ਇਨਕਾਰ ਕੀਤਾ ਕਿ ਨਹੀਂ? ਬਸ ਫਿਰ ਜਿੰਨੇ ਵੀ ਭਾਵੇਂ ਵਲੰਟੀਅਰ ਭਾਵੇਂ ਕਲੀਸੀਆ, ਸਾਨੂੰ ਕਦੀ ਇਹ ਨਹੀਂ ਕਹਿਣਾ ਕਿ ਮੈਂ ਤੁਹਾਨੂੰ ਛੱਡ ਹੀ ਨਹੀਂ ਸਕਦਾ। ਮੈਂ ਕਿਹਾ ਜਿਹਨੇ ਕਿਹਾ ਤੁਹਾਨੂੰ ਪਹਿਲਾਂ ਭੱਜਣਾ ਜੇ, ਲਿਖ ਕੇ ਆਪਣੀ ਡਾਇਰੀ 'ਚ ਲਿਖੋ, ਲਿਖ ਲਓ ਜਿੰਨੇ ਵਾਅਦਾ ਦਵਾ ਕਰਨਾ ਨਾ, ਮੈਂ ਨਹੀਂ ਛੱਡਣਾ, ਮੈਂ ਨਹੀਂ ਲੈਣਾ। ਮੈਂ ਕਿਹਾ ਪ੍ਰਭੂ ਨੇ ਪਹਿਲੇ ਲਾਤੋਂ ਦੇ ਮਾਰਨੇ ਜੇ। ਸੁਣ ਲਓ, ਸੁਣ ਲਿਆ ਆਪਣੇ ਮਨ 'ਚ ਕੀ ਗੱਲ ਕਹਿਣਾ? ਪ੍ਰਭੂ ਮੈਂ ਕੁਛ ਨਹੀਂ, ਤੁਹਾਡਾ ਅਨੁਗ੍ਰਹਿ ਹੀ ਮੈਨੂੰ ਸੰਭਾਲ। ਤਾਰੀਫ ਕਰ ਦਿਓ ਪਰਮੇਸ਼ਵਰ ਦੀ। ਆਮੀਨ। ਠੀਕ ਹੈ, ਪਰਮੇਸ਼ਵਰ ਦਾ ਬਲੈਸਿੰਗ ਤੁਹਾਨੂੰ ਬੜੇ। ਜਿਹੜੇ ਮੇਰੇ ਗਾੜੀ ਬੱਚੇ ਰਹਿ ਗਏ, ਤੁਸੀਂ ਆਪਣੇ ਘਰ ਜਾ ਕੇ ਪੜ੍ਹਿਓ। 30 ਲਿਖੋ ਸਾਰੇ, ਉਤਪਤੀ ਦੇ ਆਏ, ਇਹਨੂੰ ਪੂਰਾ ਚੈਪਟਰ ਪੜ੍ਹਨਾ। ਉਤਪਤ 31:30-28 ਦੇ ਵਿੱਚ ਤੁਸੀਂ ਬਲੈਸਿੰਗ ਦੇਖੋਗੇ, ਜਕੂਬ ਨੇ ਕਿੱਦਾਂ ਬਲੈਸਿੰਗ ਮਿਲੀ, ਕਿੱਦਾਂ ਖੁਦਾ ਨੇ ਬਰਕਤਾਂ ਦਿੱਤੀਆਂ। ਉਸ ਤੋਂ ਗਾੜੀ ਕਿੱਦਾਂ ਵੇਖੋ ਤੁਸੀਂ, ਸਟੋਰੀਆਂ ਨੂੰ ਪੜ੍ਹੋ। ਬਾਈਬਲ ਕੀ ਆ? ਬਾਈਬਲ ਦੱਸਿਆ ਕਿ ਜਦੋਂ ਤੁਸੀਂ ਇਹਨਾਂ ਵਚਨਾਂ ਨੂੰ ਪੜੋਗੇ ਨਾ, ਤੁਹਾਨੂੰ ਤਰੀਕੇ ਮਿਲਣਗੇ। ਸ਼ੈਤਾਨ ਕਨਫਿਊਜ਼ ਹੋਏਗਾ ਕਿ ਸ਼ੈਤਾਨ ਤੁਹਾਨੂੰ ਉਡਾਵੇਗਾ ਤੁਹਾਡੇ ਅੰਦਰ ਵਚਨ ਨੇ, ਉਹਨੂੰ ਪਤਾ ਉਹਨਾਂ ਨੂੰ ਲੈ ਤੂੰ ਇੰਨੇ ਜਲਦੀ ਜਾਣ ਨਹੀਂ ਆ, ਤੈਨੂੰ ਬੱਚਾ ਤੇ ਮਿਲਣ ਡਿਆ, ਤੇਰਾ ਘਰ ਵਾਲਾ ਤੇ ਸੋਚਣ ਕਿਉਂ ਕਿਉਂ ਕਹਿੰਦਾ ਬਲਾ, ਉਹਨੂੰ ਪਤਾ ਇਹਦੇ ਅੰਦਰ ਪ੍ਰਭੂ ਦਾ ਵਚਨ ਹੈ ਹੀ ਹੈ। ਬਸ ਫਿਰ ਅੱਜ ਦਾ ਵਚਨ ਕੀ ਆ? ਦੁੱਧ ਦਾ ਫਲ। ਦੁੱਧ ਦਾ ਫਲ ਖਾਣ ਦੇ ਨਾਲ ਵੀ ਖੁਦਾ ਉਹਨਾਂ ਨੂੰ ਬੱਚਾ ਨਹੀਂ ਦਿੱਤਾ, ਬੱਚਾ ਨਹੀਂ ਦਿੱਤਾ, ਕਿਉਂਕਿ ਭੈਣ ਨੇ ਫਲ ਨਹੀਂ ਖਾਧਾ ਤੇ ਖੁਦਾ ਉਹਨਾਂ ਨੂੰ ਬੇਬੀ ਬਲੈਸ ਕੀਆ। ਉਹ ਬੱਚਾ ਕਿਤਾ ਪਿਛਲੀ ਸਾਈਡ ਦੇ, ਆਹ ਕੀ ਹੋ ਰਿਹਾ ਪਿੱਛੇ, ਆਹ ਬੱਚਾ ਕਿਤਾ ਵਾ। ਤੁਸੀਂ ਸਾਰੇ ਇੱਕ ਦਾਣੇ ਇਕੱਠੇ ਹੋ ਰਿਹਾ ਕਰੋ, ਦੂਜੇ ਦਾਣਾ ਕਿ ਵੇਖੋ ਨਾ, ਹੋਰ ਨਾ ਕਿ ਬੰਦੇ ਵੇਖੋ ਕੀ ਸ਼ਰਾਰਤ ਚੱਲਣ ਡੀ ਆ। ਆਮੀ। ਕਿੰਨੇ ਲੋਕ ਆ ਜਿਹੜੇ ਸ਼ਰਾਬਾਨੀ ਜਿੰਨਾ ਲੈਣੀ, ਕਿੰਨੇ ਲੋਕ ਨੇ ਅੱਜ ਪ੍ਰਭੂ ਭੋਜ ਲਈ, ਕਿੰਨੇ ਲੋਕ